ਸੁਲਤਾਨ ਜੀ ਝੋਨਾ ਬਿਲਕੁਲ ਤਿਆਰ ਹੈ ਇਸ ਵਕਤ ਕੁਝ ਸਮਾਂ ਹੀ ਰਹਿੰਦਾ ਹੈ ਮੈਂ ਸਭ ਤੋਂ ਪਹਿਲਾਂ ਪੁਰਾਣੇ ਦੀ ਗੱਲ ਕਰ ਲੈਂਦੇ ਹਾਂ ਪੁਰਾਣੇ ਨੂੰ ਲੈ ਕੇ ਸਰਕਾਰ ਇਸ ਵਕਤ ਕੀ ਸੋਚਦੀ ਹੈ ਲੱਗ ਰਿਹਾ ਕਿਤੇ ਨਾ ਕਿਤੇ ਹੱਥ ਪਸ ਆਊਗਾ ਸਮੱਸਿਆ ਨਹੀਂ ਆਊਗੀ ਨਹੀਂ ਮੈਨੂੰ ਇਹ ਲੱਗਦਾ ਸਗੋਂ ਐਤਕੀ ਸਮੱਸਿਆ ਜ਼ਿਆਦਾ ਆਊਗੀ ਕਿਉਂਕਿ ਕਦੇ ਤਾਂ ਸਰਕਾਰ ਕਿਸਾਨਾਂ ਨੂੰ ਮਾੜਾ ਮੋਟਾ ਲਾਰਾ ਦਿੰਦੀ ਹੁੰਦੀ ਹੈ ਅਤੇ ਜਿੰਨੀਆਂ ਮਾਰਾਂ ਇਸ ਵਾਰੀ ਕਿਸਾਨ ਨੂੰ ਪੈ ਗਈਆਂ ਨਾ ਇੰਨੀਆਂ ਮਾਰਾਂ ਅੱਗੇ ਨਾਲੋਂ ਐਤਕੀ ਕਈ ਗੁਣੇ ਵੱਧ ਮਾਰਾਂ ਪਈਆਂ ਨੇ ਅਤੇ ਜਦੋਂ ਕਿਸਾਨ ਨੂੰ ਇੰਨੀਆਂ ਮਾਰਾਂ ਪੈ ਜਾਣ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਦੇ ਉੱਤੇ ਐਕਸਟਰਾ ਬੋਝ ਪਾਉਣਾ ਇਹ ਮੈਨੂੰ ਲੱਗਦਾ ਕਿਤੇ ਵੀ ਵਾਜਬ ਨਹੀਂ ਹੈ ਦੂਜੀ ਗੱਲ ਜਦੋਂ ਸਰਕਾਰ ਇੱਕ ਵਾਰੀ ਵਾਅਦਾ ਕਰ ਲਏ ਲੋਕਾਂ ਦੇ ਨਾਲ ਲੋਕ ਹੁਣ ਅਵੇਅਰ ਵੀ ਹੋ ਗਏ ਲੋਕ ਜਾਗਰਿਤ ਹੋ ਗਏ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਕਹਾਣੀ ਕੀ ਹੈ ਸਰਕਾਰ ਨੇ ਵਾਅਦਾ ਕਰਿਆ ਸਾਡੇ ਨਾਲ ਕਿ ਅਸੀਂ ਤੁਹਾਨੂੰ ਤੁਹਾਡਾ ਜਿਹੜਾ ਪਰਾਲੀ ਨੂੰ ਸਾਂਭਣ ਦਾ 2500 ਰੁਪਈਆ ਪ੍ਰਤੀ ਏਕੜ ਦੇਵਾਂਗੇ ਇਹ ਵਾਅਦਾ ਕਰਿਆ ਸਾਡੇ ਨਾਲ ਪਿਛਲੀਆਂ ਮੀਟਿੰਗਾਂ 'ਚ ਹੁਣ ਉਹ ਵਾਅਦਾ ਕਰਕੇ ਅੱਜ ਸਰਕਾਰ ਨੇ ਕਹਿਤਾ ਜੀ ਕੇਂਦਰ ਭੱਜ ਗਿਆ ਅਤੇ ਕੱਲ੍ਹ ਖੇਤੀਬਾੜੀ ਮੰਤਰੀ ਨੇ ਮਤਲਬ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਦੇ ਸਾਹਮਣੇ ਕਲੀਅਰ ਇਹ ਕਹਿਤਾ ਵੀ ਇਹ ਅਸੀਂ ਵੀ ਨਹੀਂ ਦੇਣਾ ਹੁਣ ਵੀ ਜਿਹੜਾ ਅਸੀਂ 500 ਦੇਣਾ ਸੀ ਅਸੀਂ ਉਹ ਵੀ ਨਹੀਂ ਦੇਣਾ ਇਹਦਾ ਮਤਲਬ ਕੀ ਹੈ ਕਿ ਸਰਕਾਰਾਂ ਕੇਂਦਰ ਦੀ ਵੀ ਅਤੇ ਪੰਜਾਬ ਦੀ ਵੀ ਉਹ ਤੋਂ ਭੱਜ ਚੁੱਕੀਆਂ ਹੁਣ ਆ ਗਈ ਗੱਲ ਮੈਂ ਇੱਕ ਜਿਹੜੀ ਗੱਲ ਕੀਤੀ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਲੋਕ ਇਹ ਜਾਣਦੇ ਆ ਕਿ ਜਿਹੜਾ ਇਹਨਾਂ ਨੇ 2500 ਸਾਨੂੰ ਦੇਣਾ ਸੀ ਨਾ ਸਰਕਾਰ ਕੋਈ ਸਾਡੇ 'ਤੇ ਅਹਿਸਾਨ ਨਹੀਂ ਕਰਨ ਲੱਗੀ ਸੀ ਇਹ ਸੁਪਰੀਮ ਕੋਰਟ ਦਾ ਪਿੱਛੇ ਫੈਸਲਾ ਸਾਡੇ ਹੱਕ 'ਚ ਹੋਇਆ ਵਾ ਕਿ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਇਨਸੈਂਟਿਵ 100 ਰੁਪਈਆ ਦਿਓ ਸਰਕਾਰ ਉਦੋਂ ਭੱਜ ਗਈ ਸੁਪਰੀਮ ਕੋਰਟ ਦਾ ਫੈਸਲਾ ਸਰਕਾਰ ਨਹੀਂ ਲਾਗੂ ਕਰਦੀ ਤਾਂ ਫਿਰ ਗ੍ਰੀਨ ਟ੍ਰਿਬਿਊਨਲ ਦਾ ਕਿਸਾਨ ਕਿਵੇਂ ਮੰਨ ਲੈਣਗੇ ਜੀ ਔਰ ਉਹ ਵੀ ਉਹਨਾਂ ਹਾਲਾਤਾਂ 'ਚ ਜਦੋਂ ਅੱਜ ਪੰਜਾਬ ਦੇ ਕਿਸਾਨ ਦੀ ਇੰਨੀ ਬੁਰੀ ਹਾਲਤ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਣਕ ਦਾ ਝਾੜ ਘਟਿਆ ਅੱਜ ਗ੍ਰੀਨ ਟ੍ਰਿਬਿਊਨਲ ਲਈ ਪਹਿਲੇ ਕਿਹਾ ਸੀ ਸਰਕਾਰਾਂ ਨੂੰ ਕਿ ਤੁਸੀਂ ਇਹਨਾਂ ਨੂੰ ਮਾਲੀ ਸਹਾਇਤਾ ਦਿਓ ਫਿਰ ਕਿਤੇ ਗ੍ਰੀਨ ਟ੍ਰਿਬਿਊਨਲ ਨੇ ਇੱਕ ਤਰ੍ਹਾਂ ਦੀ ਸਪੋਰਟ ਕਰਨੀ ਬਰਾਬਰ ਸਪੋਰਟ ਕਰਨ ਨੂੰ ਕਿਹਾ ਸੀ ਅਤੇ ਦੂਜੇ ਪਾਸੇ ਸਜ਼ਾ ਦੇਣ ਨੂੰ ਕਿਹਾ ਸੀ ਵੀ ਜੇ ਇਹ ਸਪੋਰਟ ਲੈ ਕੇ ਵੀ ਨਹੀਂ ਰੁਕਦੇ ਤਾਂ ਫਿਰ ਸਜ਼ਾ ਦਿੱਤੀ ਜਾ ਸਕਦੀ ਹੈ ਵਰਨਾ ਨਹੀਂ ਹੁਣ ਸਵਾਲ ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀਗਾ ਵੀ ਕਿਸਾਨ ਵਿਚਾਰੇ ਨੂੰ ਪਹਿਲਾਂ ਤਾਂ ਕਣਕ ਦਾ ਝਾੜ ਘਟਿਆ ਸਰਕਾਰ ਨੇ ਕਿਹਾ ਅਸੀਂ ਤੁਹਾਨੂੰ ਕੰਪਨਸੇਟ ਕਰਾਂਗੇ ਤੁਹਾਨੂੰ ਬੋਨਸ ਦੇਵਾਂਗੇ ਨਹੀਂ ਦਿੱਤਾ ਹੁਣ ਉਸ ਤੋਂ ਬਾਅਦ ਆ ਗਈ ਗੁਲਾਬੀ ਸੁੰਡੀ ਨਰਮੇ 'ਤੇ ਉਹਨੇ ਮਾਰਤੇ ਫਿਰ ਆ ਗਈ ਚਿੱਟੀ ਮੱਖੀ ਨਰਮੇ 'ਤੇ ਉਹਨੇ ਮਾਰਤੇ ਫਿਰ ਬਾਰਿਸ਼ ਹੋ ਗਈ ਜਦੋਂ ਨਰਮਾ ਨੁਰਮਾ ਵਾਹ ਕੇ ਦੁਬਾਰਾ ਨੇ ਲੋਕਾਂ ਨੇ ਝੋਨਾ ਲਾ ਲਿਆ ਅਤੇ ਬਾਰਿਸ਼ ਜ਼ਿਆਦਾ ਆਈ ਉਹਨੇ ਫਿਰ ਦੁਬਾਰਾ ਮਾਰਤਾ ਫਿਰ ਮਾਰ ਪੈ ਗਈ ਉਸ ਤੋਂ ਬਾਅਦ ਲੋਕਾਂ ਕੋਲ ਇੱਕ ਸਾਧਨ ਬਚਿਆ ਉਹ ਕੀ ਸੀਗਾ ਉਹ ਸੀਗਾ ਪਸ਼ੂ ਧਨ ਵੀ ਸ਼ਾਇਦ ਦੁੱਧ ਦੱਧ ਵੇਚ ਕੇ ਸਾਰ ਲਏ ਲੰਪੀ ਸਕਿਨ ਡਿਜ਼ੀਜ਼ ਆ ਗਈ ਉਹਨੇ ਕਿਸਾਨ ਮਾਰ ਲਏ ਔਰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੇ ਇਸ ਬਿਮਾਰੀ ਨੇ ਹੁਣ ਇਹ ਸਾਰਾ ਕੁਝ ਹੋਣ ਤੋਂ ਬਾਅਦ ਅਖੀਰ ਦੇ ਉੱਤੇ ਜਾ ਕੇ ਆਹ ਚਾਈਨਾ ਵਾਇਰਸ ਵਾਇਰਸ ਆ ਗਿਆ ਝੋਨੇ ਦੇ ਉੱਤੇ ਹੁਣ ਇੰਨੀਆਂ ਮਾਰਾਂ ਜਦੋਂ ਕਿਸਾਨ ਨੂੰ ਪੈ ਚੁੱਕੀਆਂ ਅਤੇ ਕਿਸਾਨ ਨੂੰ ਇਹ ਪਤਾ ਵੀ ਹੈ ਕਿ ਸੁਪਰੀਮ ਕੋਰਟ ਨੇ ਸਾਨੂੰ ਇਹਨਾਂ ਤੋਂ ਸਰਕਾਰ ਨੂੰ ਹਦਾਇਤਾਂ ਕੀਤੀਆਂ ਕਿ ਤੁਸੀਂ 2500 ਰੁਪਈਆ ਪ੍ਰਤੀ ਏਕੜ ਦਿਓ ਇਹ ਉਹਦੇ ਤੋਂ ਭੱਜਦੇ ਆ ਤਾਂ ਫਿਰ ਕਿਸਾਨ ਇਹਨਾਂ ਦੀ ਇਸ ਗੱਲ ਨੂੰ ਕਤਈ ਨਹੀਂ ਮੰਨਣਗੇ ਭਾਵੇਂ ਕਿੰਨਾ ਮਰਜ਼ੀ ਕਰੀ ਜਾਣ ਹੁਣ ਇਹ ਕਹਿ ਰਹੇ ਆ ਕਿ ਅਸੀਂ ਤਾਂ ਜੀ ਕਿਸਾਨਾਂ ਨੂੰ ਅਵੇਅਰਨੈਸ ਲੈ ਕੇ ਆ ਰਹੇ ਹਾਂ ਚੰਗੀ ਗੱਲ ਆ ਲਿਆਉਣ ਜਾਗਰਤੀ ਮਾੜੀ ਗੱਲ ਨਹੀਂ ਹੈ ਅਗਰ ਅਸੀਂ ਕੋਈ ਅੱਗ ਲਾਉਣ ਦੇ ਹੱਕ 'ਚ ਨਹੀਂ ਗਏ ਮੈਂ ਤੁਹਾਡੇ ਸਾਹਮਣੇ ਉਹ ਬੰਦਾ ਬੈਠਾ ਜਿਹਨੇ 20 ਸਾਲ ਆਪਦੇ ਖੇਤ ਦੇ ਵਿੱਚ ਕਦੇ ਅੱਗ ਨਹੀਂ ਲਾਈ ਚੁੱਕਾ ਜੀ ਪਰ ਉਹ ਮੁਸ਼ਕਲਾਂ ਉਹ ਸਮੱਸਿਆਵਾਂ ਉਹਨਾਂ ਹਾਲਾਤਾਂ 'ਚ ਉਹੋ ਜਿਹੇ ਸੰਦਾਂ 'ਚ ਮੈਂ ਸਾਰੀਆਂ ਝੱਲੀਆਂ ਨੇ ਮੈਨੂੰ ਪਤਾ ਹੈ ਵੀ ਪਰਾਲੀ ਸਾੜਨ 'ਤੇ ਕਿੰਨਾ ਕੀ ਨੁਕਸਾਨ ਹੈ ਅਤੇ ਉਹਨੂੰ ਵਿੱਚ ਵਾਹੁਣ ਦੇ ਉੱਤੇ ਕਿਸਾਨ ਨੂੰ ਕਿੰਨਾ ਨੁਕਸਾਨ ਹੈ ਮੈਨੂੰ ਸਾਰੀ ਗੱਲ ਦਾ ਪਤਾ ਹੈ ਸੋ ਸਵਾਲ ਇਹ ਹੈ ਕਿ ਅਸੀਂ ਪਰਾਲੀ ਸਾੜਨ ਦੇ ਕਤਈ ਹੱਕ 'ਚ ਨਹੀਂ ਸੀ ਪਰ ਜਦੋਂ ਕਿਸਾਨ ਨੂੰ ਇਕੱਲਾ ਅਵੇਅਰਨੈਸ ਨਾਲ ਨਹੀਂ ਸਰਨਾ ਕਿਸਾਨ ਦੀ ਇਹਨਾਂ ਹਾਲਾਤਾਂ ਦੇ ਵਿੱਚ ਸਪੋਰਟ ਕਰਨੀ ਪੈਣੀ ਹੈ ਸਰਕਾਰ ਸਪੋਰਟ ਕਰੇ ਤਾਂ ਕਿਸਾਨ ਬਿਲਕੁਲ ਪਰਾਲੀ ਨੂੰ ਅੱਗ ਲਾਉਣ ਤੋਂ ਪਿੱਛੇ ਹਟਣਗੇ ਹਟ ਸਕਦੇ ਆ ਵਰਨਾ ਨਹੀਂ ਆ ਕੱਲ੍ਹ ਸਾਡੀ ਮੀਟਿੰਗ ਹੋਈ ਔਰ ਮੈਂ ਮੰਤਰੀ ਜੀ ਨੂੰ ਬੜਾ ਕਲੀਅਰ ਕੱਟ ਸਾਫ਼ ਸ਼ਬਦਾਂ 'ਚ ਇਹ ਕਹਿ ਕੇ ਆਇਆ ਕਿ ਇਹਨਾਂ ਗੱਲਾਂ ਨਾਲ ਨਹੀਂ ਜੇ ਗੱਲ ਬਣਨੀ ਕਿਸਾਨਾਂ ਨੂੰ ਕੰਪਨਸੇਟ ਕਰ ਥੋੜ੍ਹੇ ਦਿਨ ਪਹਿਲਾਂ ਇਸੇ ਖੇਤੀਬਾੜੀ ਮੰਤਰੀ ਨੇ ਮੀਟਿੰਗ ਕੀਤੀ ਆ ਅਤੇ ਉਸ ਪ੍ਰੈਸ ਦੇ ਸਾਹਮਣੇ ਇਹ ਕਿਹਾ ਵੀ ਜੇ ਕੇਂਦਰ ਮਰ ਗਿਆ ਕੇਂਦਰ ਮੁੱਕਰ ਗਿਆ ਕੇਂਦਰ ਨਹੀਂ ਦਿੰਦਾ ਅਸੀਂ ਤਾਂ ਨਹੀਂ ਮਰ ਗਏ ਇਹ ਇੱਕ ਥਾਪੜ ਕੇ ਬੋਲਿਆ ਅਤੇ ਅੱਜ ਆਪ ਵੀ ਜਵਾਬ ਦੇ ਗਏ ਤਾਂ ਜੇ ਤੁਸੀਂ ਕਿਸਾਨਾਂ ਦੀ ਬਾਹ ਨਹੀਂ ਫੜੋਗੇ ਤਾਂ ਫਿਰ ਕਿਸਾਨਾਂ ਨੂੰ ਤੁਹਾਡਾ ਇਹ ਜਿਹੜਾ ਪਨਿਸ਼ ਕਰਨ ਦੀ ਨੀਤੀ ਹੈ ਸਜ਼ਾ ਦੇਣ ਦੀ ਨੀਤੀ ਹੈ ਇਹਦਾ ਡਟ ਕੇ ਵਿਰੋਧ ਕਰਨਗੇ ਕਿਸਾਨ
और जिहड़े किसानां नूं तुसीं तकलीफ देने की कोशिश करोगे वह साडे है, साडे परिवार के मैंबर है, असीं उन्हां दे नाल खड़ांगे। ये असीं कल उन्होंने मीटिंग कहे खरीदने लगे काफ़ी सवाल हो रहे कि हाँ देखो किड्डी वड्डी गल है, झोना पिछली बारी भी सरकार ने कहा भी असीं 25 क्विंटल ही लवेंगे, साडी लड़ाई की सी उत्थे, यही लड़ाई सी ना कि सरकार साडी फसल नूं खरीदण तों भजना चाहुंदी है, साडियां मंडियां बर्बाद करनियां चाहुंदी है। अज पिछली बारी 25 क्विंटल कहा सी, ऐतकी 24-25 क्विंटल तो फिर आ गए, फिर अगे जाके अगली बार 22 क्विंटल आ जाएंगे, फिर 15 क्विंटल आ जाएंगे, फिर 12 क्विंटल आ जाएंगे, घटते घटते किसान नूं मंडी दे विचों खरीदण वाली एजेंसी है जिहड़ी FCI उन्हूं पिछे खिच लैणगे, ते जदों पिछे खिची गई किसान व्यापारियों के हत्थां दे विच लुट्टा जाएगा। उही मंडी सिस्टम नूं बर्बाद करन दी एक कोझी साजिश जिहड़े लुकवें ढंग दे नाल पहलां वरती जाई जा रही सी, उह वी हुण वरती जा रही है, और इहदा असीं पिछले साल भी विरोध कीता सी वड्डा इकट्ठ करके, और इस बारी भी असीं सरकार नूं आप जी दे माध्यम तों अपील भी करते हैं तो चेतावनी भी देने कि पंगा ना लियो, किसानां दा दाणा दाणा फसल दा चकना पएगा सरकार नूं, सरकार आपदे इस फैसले नूं मुड़ विचारे, नहीं तो फिर जे दिल्ली घेर सकदे आ किसान जे पंजाब तो उन्हां दा घर है, पंजाब भी घेरिया जा सकता है, चंडीगढ़ भी घेरिया जा सकता है, फिर उहदी जिम्मेवारी सरकार की होएगी। आने वाले दिनों दे विच मैं किसानां नूं भी अपील करदा कि इन्हां दोवां इशूआं नूं लैके पराली एक वड्डा इशू बनना है, मुकदमे दर्ज होने हैं, तुहाडा झोना विकण दा इशू बनना है, एक वड्डे गल बननी है, और उहदे उत्ते लड़ाई देने दे लई तैयारी करो, वड्डी लड़ाई देवांगे। रही गल कल मेरे ते सवाल कर लिया पत्रकार ने, कहिंदे जी मुकदमे करनगे, मुकदमे अगे भी होए साडे ते, अगे कहिड़ा साडी भूआ दे पुत सी भी साडे मुकदमे इन्हां ने साडी रिश्तेदारी नाल करके वापस लए आ, लोक ताकत दे अंदोलन दे जोर नाल पहलां वापस कराए आ, वो लोग गए नहीं किते, वो लोग अज भी तैयार बैठे है, वो लोगों के मुकदमे वापस कराने फिर घुलना पाया, फिर लड़ना पाया, फिर लड़ांगे, मुकदमे भी वापस कराने की लड़ पैदा करावे, पराली भी साड़न वाले किसानों जेकर सरकार तंग करेगी नाल खड़ांगे, झोने का दाणा दाणा विकाउणा साडी जिम्मेवारी बनती है, विकावे कंपनसेट आ जिहड़ी किसानों की कंपनसेशन रही है शहीदों के परिवारों को वह करवानी है, नाल दी नाल जिहड़ियां फसलां मरिया ने उहदे लई भी साडी असीं लड़ाई लड़ रहे हैं, वह फसलां मरिया की भी कंपनसेशन करवानी है, ये लड़ाइया साढ़े जुम्मे हैं, जिमें पंजाब के जमे नित मुहिमा साढ़े लिए तो गल बनी हुई है, वह असं चल रहे हैं। पराली मुआवजे की गल की है 2500 रुपया सेंट्रल गवर्नमेंट का किन्ना, पंजाब गवर्नमेंट का किन्ना, ये पिछले पहला जो स्टैप है पंजाब गवर्नमेंट ने पिछले किया जेंट्रल गवर्नमेंट। देखो मैं पहली तो गल ये करा कि सुप्रीम कोर्ट ने बड़ा क्लीयर आपके फैसले लिया है कि लिखा कि स्टेटा दरकार किसानों 100 रुपया प्रति क्विंटल इनसेंटिव देन, उन्होंने सेंटर गौरमेंट नूं बाहर ही कढ़ता सी, स्टेटां दीआं गौरमेंटां ते रखती गल, इन्हां ने 500 रुपया आपदे जुम्मे पा लिया, 500 सेंटर स्टेट वालिआं नूं अपने दिल्ली वालिआं नूं कहता, तो 1500 जाके मंग लिया दिल्ली गौरमेंट दे उत्तों भाव सेंटर गौरमेंट तों, हुण सेंटर गौरमेंट ने इन्हां नूं जवाब देता, सेंटर गौरमेंट ने जिद्दां जवाब दिता उस दिन तां भगवंत मान दी सरकार इह कहिंदी सी वी असीं किसानां दी सपोर्ट करांगे, की हो गया जे उन्हां नूं भज गया तां, लेकिन कल बिल्कुल भगवंत मान की सरकार ने भी ठोक के प्रेस के सामने जवाब देता भी वह असी नहीं देवे, यदा मतलब भज दोनों ही गए, एक एक दिन पहला भज गया, दो दिन पहला भज गया, दूजा दो दिन मगरों भज गया, किसानों का दर्द दोनों के अंदर है नहीं गा, साफ कर लिया है, क्योंकि जेकर यह पंजाब की सरकार किसानों की सरकार होंगी घट्टो घट ये कह सकते जी ने भी उन्होंने 1500 देना से जोड़ा 1500 तो भज गया, असी तो देवे ना, तो अगर ये भी नहीं दे रहे तो मतलब उन्होंने आड़ के भी भजना चाहते भज रहे हैं। और मैं होर गल क्लीयर करनी चाहूँगा तुहाडे माध्यम तो, कल उस प्रेस कॉन्फ्रेंस के मंत्री जी ये कहिंदे है कि असी संद दिते जी असी यह पैसा संदां ते लावांगे, मैं कहना संदां ते तुसी जिहड़ा ला रहे हो बिल्कुल गलत काम कर रहे हो, किसानों नूं सीधा कंपनसेट करो ताकि कोई किसान किसी ढंग नाल करे कोई किसी ढंग नाल, जिहड़े तुसी संद दिते है मैं मंत्री जी नूं पुछना चाहुंदा है, मैं प्रधान मुख्यमंत्री जी नूं पुछना चाहुंदा, मेरा सवाल है इहदे कि जिहड़े तुसीं संद दित्ते आ सानू श्रीमान जी वो किनू दित्ते आ, वो कुछ बंदिआं नू दित्ते आ और वो बंदे अगे जा के फिर किराया कमाई कर रहे हैं, तो जिहड़ा किसान गरीब आ जिहदे कोल जिहनूं लोड़ सी उहनूं तुसीं की दित्ता, तुसीं क्यों नहीं पंचायतां दे विच संदां दे दो दो तीन तीन सैट भेजे कि जिहड़ी चीज़ की लोड़ आ किसान उत्थों वरतन आपदी, हर सुसाइटी 'च भेजन दा फर्ज बनता सी, उत्थों फ्री ऑफ कॉस्ट किसानों नूं वो मिलदे, और नैशनल ग्रीन ट्रिब्यूनल ने कहा है
कि किसानों नू संद फ्री ऑफ कॉस्ट देनी है। तुसी पढ़ो नू नैशनल ग्रीन ट्रिब्यूनल दे फैसले नू, और तुसी साडे किसानों वास्ते ये करता, लो जी असी पांच पांच मशीन छड़ दित्तियां एक एक ब्लॉक च। मैं पूछना चाहुंदा साडे मंत्री जी नू, एक ब्लॉक दे कदे पिंड गिणे आ? ते तेरियां पांच मशीन छड़े जिहड़ा साडा झोने दी असी पराली नू वाह के जाण नू दब के कणक बीजनी आ, टाइम किन्ना साडे कोले? उन्ने टाइम च किन्नी 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 बिजाई कर देणगियां तेरियां पांच मशीन? सो बिल्कुल गलत फैसला है ये, इन्हें ना किसानों की ये कोई सरना है, ना किसान यदि इंतजार कर सकन, ना बेचारे छोटे किसानों को एड्डी वड्डी मशीनरी है। सुपर सीडर चलाउण जोगरा छोटा किसान है ही नहीं, और इस करके असीं डट के मतलब विरोध करते हैं। ये कहांगे कि अगर जिहड़े जिहड़ा जिहड़ा संद किसान चलाउणा चाहुंदे आ, जिहड़े जिहड़े दी लोड़ है, वह देण, ताकि उहदे नाल किसान आपदा पराली नूं विच दबा सके।